ਇੱਕ ਨਹਿਰ ਦਾ ਪੁੱਲ ਇਸ ਕਦਰ ਤੰਗ ਆਇਆ ਕਿ ਇਕਸਾਨ ਦੋ ਬੱਕਰੀਆਂ ਦਾ ਗੁਜ਼ਰਨਾ ਨਾਮੁਮਕਿਨ ਆਇਆ। ਇੱਕ ਦਿਨ ਇੱਕ ਬੱਕਰੀ ਉਸ ਪੁੱਲ 'ਤੇ ਜਾਂਦੀ ਪਈ ਆਈ। ਪੁੱਲ ਦੇ ਦਰਮਿਆਨ ਵਿੱਚ ਪਹੁੰਚ ਕੇ ਉਸਨੂੰ ਇੱਕ ਹੋਰ ਬੱਕਰੀ ਮਿਲੀ। ਪਹਿਲੀ ਬੱਕਰੀ ਦੂਸਰੀ ਬੱਕਰੀ ਸੀ ਕਹਿਣੇ ਲੱਗੀ, ਤੂੰ ਵਾਪਸ ਚਲੀ ਜਾ ਤਾਂ ਕਿ ਮੈਂ ਪਹਿਲੇ ਇਸ ਪੁੱਲ ਨੂੰ ਪਾਰ ਕਰ ਲਵਾਂ, ਉਸ ਬਾਅਦ ਤੂੰ ਆ ਜਾਵੀਂ। ਦੂਸਰੀ ਬੱਕਰੀ ਬੋਲੀ, ਵਾਹ ਰੇ ਵਾਹ, ਮੈਂ ਕਿਉਂ ਵਾਪਸ ਚਲੀ ਜਾਵਾਂ, ਤੂੰ ਵਾਪਸ ਕਿਉਂ ਨਹੀਂ ਜਾਣੀ ਹੈ, ਤੇ ਮੈਨੂੰ ਪਹਿਲੇ ਗੁਜ਼ਰ ਜਾਣੇ ਦੇ। ਪਹਿਲੀ ਬੱਕਰੀ ਨੇ ਅਕੜ ਕੇ ਜਵਾਬ ਦਿੱਤਾ, ਤੈਨੂੰ ਵਾਪਸ ਜਾਣਾ ਪੈਸੀ ਕਿਉਂਕਿ ਮੈਂ ਤੇਰੇ ਸੀ ਜ਼ਿਆਦਾ ਤਾਕਤਵਰ ਹਾਂ। ਦੂਸਰੀ ਬੱਕਰੀ ਨੇ ਕਿਹਾ, ਜ਼ਿਆਦਾ ਨੂੰ ਛੋੜ, ਤੂੰ ਤੇ ਮੇਰੇ ਬਰਾਬਰ ਵੀ ਨਿੰਗੀ ਹੈ। ਪਹਿਲੀ ਬੱਕਰੀ ਗੁੱਸੇ ਨਾਲ ਬੋਲੀ, ਅੱਲਾ ਇਸ ਦਾ ਪਤਾ ਹੁਣ ਹੀ ਚੱਲ ਜਾ ਸੀ। ਇਹ ਕਹਿ ਕੇ ਉਸਨੇ ਲੜਨੇ ਵਾਸਤੇ ਆਪਣੇ ਸਿੰਘ ਤਲੇ ਕਰ ਲਿੱਤੇ। ਤਾਂ ਵੱਧ ਦੂਸਰੀ ਬੱਕਰੀ ਨੇ ਉਸਨੂੰ ਰੋਕ ਦੋ ਕਿਹਾ, ਰੁਕ ਰੁਕ, ਲੜਨੇ ਦੇ ਨਾਲ ਕੋਈ ਫਾਇਦਾ ਨਹੀਂ ਗਾ, ਅਗਰ ਅਸੀਂ ਲੜ ਸੀਆਂ ਤੇ ਦੋਨੋਂ ਲਹਿਰ ਟਹਿ ਕੇ ਡੁੱਬ ਜਾਸੀਆਂ। ਮੇਰੇ ਦਿਮਾਗ ਵਿੱਚ ਇੱਕ ਤਰਕੀਬ ਆਈ ਹੈ, ਮੈਂ ਪੁੱਲ ਤੇ ਲੇਟ ਜਾਣੀ ਆ ਤਾਂ ਤੂੰ ਮੇਰੇ ਉੱਤੋਂ ਸੀ ਗੁਜ਼ਰ ਜਾ। ਇਹ ਕਹਿ ਕੇ ਦੂਸਰੀ ਬੱਕਰੀ ਪੁੱਲ ਤੇ ਲੇਟ ਗਈ ਤੇ ਪਹਿਲੀ ਬੱਕਰੀ ਆਹਿਸਤਾ ਆਹਿਸਤਾ ਉਸਦੇ ਉੱਤੋਂ ਸੀ ਗੁਜ਼ਰ ਗਈ। ਉਸ ਬਾਅਦ ਦੂਸਰੀ ਬੱਕਰੀ ਵੀ ਆਰਾਮ ਦੇ ਨਾਲ ਪੁੱਲ ਪਾਰ ਕਰ ਗਈ। ਪਿਆਰੇ ਬੱਚੋ, ਦੇਖਾਂ ਤੁਹਾਨੂੰ, ਅਗਰ ਇਹ ਬੱਕਰੀਆਂ ਦੋਨੋਂ ਆਪਸ ਵਿੱਚ ਲੜਨੇ ਲੱਗਦੀਆਂ ਤਾਂ ਇਹਨਾਂ ਵਿੱਚੋਂ ਕਿਸੇ ਦੀ ਵੀ ਜਾਨ ਨਾ ਬਚਦੀ।